ਤਾਨਾ ਮੁੰਡੇ ਦਾ ਮੇਰੇ ਦਾ ਕੋਈ ਹੱਲ ਨਹੀਂ ਬਣਦਾ। ਡੇਢ ਮਹੀਨਾ ਹੋ ਗਿਆ, ਕੋਈ ਰਾਹ ਨਹੀਂ ਦਿੰਦੇ ਸਾਨੂੰ। ਕਦੇ 2 ਦਿਨ ਲੈ ਲੈਂਦੇ ਨੇ, ਕਦੇ 5 ਦਿਨ ਲੈ ਲੈਂਦੇ ਨੇ, ਕਦੇ ਕਹਿੰਦੇ ਅਸੀਂ ਘਰੇ ਆਉਂਦੇ ਹਾਂ, ਫਿਰ ਘਰੇ ਜਾਂਦੇ ਨੇ, ਘਰੇ ਬੰਨ ਕੇ ਬਿਠਾ ਲੈਂਦੇ ਸਾਨੂੰ। ਫਿਰ ਦਾਗ ਪਹਿਲਾਂ ਲਾਇਆ ਸੀ, ਉੱਥੇ ਚੁਕਾਦਾ ਸੀ, ਵਾਅਦਾ ਕਰਿਆ ਸੀ, ਕਹਿੰਦੇ ਵੀ 5 ਦਿਨ ਦੇ ਦਿਓ ਸਾਨੂੰ। ਅੱਜ 7ਵਾਂ ਦਿਨ ਹੋ ਗਿਆ, 2 ਦਿਨ ਉੱਪਰ ਲਾ ਗਏ, ਅਸੀਂ ਫੇਰ ਆ ਗਏ। ਨਾ ਕੋਈ ਨਹੀਂ ਆਇਆ, ਕੋਈ ਨਹੀਂ ਆਇਆ। ਹਾਂਜੀ, ਮੈਂ ਇਨਸਾਫ਼ ਲੈਣਾ। ਫਰਾਰ ਦਮਨ ਔਜਲਾ, ਦਮਨ ਔਜਲਾ ਉਹ ਵਿੱਕੀ ਹੈ, ਵਿੱਕੀ ਕੀ ਨਾਮ ਆ ਗਿਆ, ਬੀਦੀਪ ਉਹਦਾ ਕਾਕਾ। ਹਾਂਜੀ, ਦੁਬਾਰਾ ਧਰਨਾ ਤਾਂ ਲਾਇਆ ਜੀ, ਅਸੀਂ ਪਹਿਲਾਂ ਇਹਨਾਂ ਦੇ ਪੁਲਿਸ ਵਾਲੇ ਤੇ SHO ਦਾ ਮੈਨੂੰ ਨਾਂ ਨਹੀਂ ਪਤਾ ਹੈਗਾ, ਉਹਨੇ ਕਿਹਾ ਸੀਗਾ ਵੀ ਤੁਸੀਂ ਦਾਗ ਲਾ ਦਿਓ, ਵੀ ਅਸੀਂ ਤੁਹਾਨੂੰ ਹੈ ਆਹ ਦਿਨਾਂ 'ਚ ਇੰਨੇ ਦਿਨਾਂ 'ਚ ਬੰਦਾ ਲੱਭ ਕੇ ਦੇਵਾਂਗੇ। ਉਹਨੇ ਦਿਨ ਲੱਗੇ ਦਾਗ ਲਾਤਾ, ਸਾਰਾ ਕੁਛ ਕਰਤਾ, ਇਹਨਾਂ ਨੇ ਬੰਦਾ ਨਹੀਂ ਲੱਭ ਕੇ ਦਿੱਤਾ। ਫਿਰ ਅਸੀਂ ਫਿਰ ਆਏ ਥਾਣੇ 'ਚ, ਫਿਰ ਨਹੀਂ ਇਹਨਾਂ ਨੇ ਕੋਈ ਆਈ ਗਈ ਦਿੱਤੀ ਜੀ। ਫਿਰ ਅੱਜ ਇਹਨਾਂ ਨੂੰ ਪਹਿਲਾਂ ਵਾਅਦਾ ਦਿੱਤਾ ਸੀ ਵੀ ਅਸੀਂ 4-5 ਦਿਨ ਫਿਰ ਫੜਾਂਗੇ, ਫਿਰ 3 ਦਿਨ 'ਤੇ ਉੱਧਰ ਰੋਡ 'ਤੇ ਤਾਂ ਆਹ ਤਾਰੀ ਵੀਰੇ ਨੇ ਕਿਹਾ ਸੀਗਾ ਜੀ ਵੀ ਤੁਸੀਂ ਧਰਨਾ ਇੱਕ ਵਾਰੀ ਹੋਰ ਲਾਵੋ। ਹੁਣ ਅਸੀਂ ਮੰਗ ਕਰਦੇ ਵੀ ਅਸੀਂ ਹੁਣ ਧਰਨਾ ਚੱਕਣਾ ਨਹੀਂ ਹੈਗਾ, ਜਿੰਨਾ ਤੱਕਰ ਸਾਨੂੰ ਹੈ ਉਹ ਨਹੀਂ ਮਿਲਦਾ, ਮੁੰਡਾ ਇੱਥੇ ਸਾਡੇ ਸਾਹਮਣੇ ਹਾਜ਼ਰ ਨਹੀਂ ਹੁੰਦਾ, ਅਸੀਂ ਧਰਨਾ ਨਹੀਂ ਚੱਕਣਾ ਹੈਗਾ, ਧਰਨਾ ਹੁਣ ਜਮਾਂ ਹੀ ਨਹੀਂ ਚੱਕਣਾ, ਚਾਹੇ ਸਾਨੂੰ ਕੁਛ ਮਰਜ਼ੀ ਇੱਥੇ ਕਰ ਦੇਣ, ਇੱਥੇ ਦਿਨ ਰਾਤ ਰਹੂਗਾ ਧਰਨਾ। ਜੇ ਨਾ ਕੋਈ ਜ਼ਿਆਦਾ ਸਾਡੀ ਸੁਣਵਾਈ ਹੋਈ, ਇੱਥੋਂ ਉਠਾ ਲਿਆ ਸਾਨੂੰ, ਇੱਥੋਂ ਸਾਡੇ ਗੇਟ ਲਾ ਲਿਆ ਮੂਹਰੇ ਸਾਹਮਣੇ, ਅਸੀਂ ਫਿਰ ਨਹੀਂ ਉਹ ਕੀਤਾ, ਸਾਡੀ ਦਰੀ ਚੁਕਾਈ ਇਹਨਾਂ ਨੇ, ਹੁਣ ਅਸੀਂ ਨਹੀਂ, ਫਿਰ ਅਸੀਂ ਰੋਡ ਜਾਮ ਕਰਾਂਗੇ, ਉੱਪਰਲਾ ਰੋਡ ਜਾਮ। ਸਰ, ਸਾਡਾ ਮੁੰਡਾ ਇਹਨਾਂ ਨੇ ਟਾਈਮ ਲਿੱਤਾ ਜੀ 5 ਦਿਨ ਦਾ, ਹਾਂ ਮੁੰਡੇ ਦਾ ਅਰੈਸਟ ਨਹੀਂ ਹੋਇਆ ਜੀ। ਕੌਣ ਆ ਮੁੰਡਾ ਜੀ, ਕੀ ਕੇਸ ਹੈ? ਦਮਨ ਔਜਲਾ ਜੀ ਸਾਡੇ ਮੁੰਡੇ ਦਾ ਮਰਡਰ ਕਰਤਾ ਜੀ। ਅੱਜ ਜਿਹੜੇ ਇੱਥੇ ਕਿਸੇ ਅਫਸਰ ਨਾਲ ਗੱਲ ਹੋਈ ਤੁਸੀਂ? ਹਾਂਜੀ, ਕੋਈ ਅਫਸਰ ਆਇਆ ਤੁਹਾਡੇ ਨਾਲ ਗੱਲਬਾਤ? ਨਹੀਂ, ਸਾਡੇ ਨਾਲ ਜੀ ਹਲੇ ਕੋਈ ਨਹੀਂ ਆਇਆ ਹੈਗਾ ਜੀ। ਜਿਹੜਾ ਪਹਿਲਾਂ ਵੀ ਤੁਹਾਡੇ ਨਾਲ ਆਇਆ ਸੀ ਉਦੋਂ ਕੀ ਪ੍ਰੋਸੈਸ ਦਿੱਤਾ? ਉਹਨਾਂ ਨੇ ਡਿਪਟੀ ਸਾਹਿਬ ਨੇ ਕਿਹਾ ਸੀਗਾ ਵੀ 5 ਦਿਨ ਦਾ ਸਾਨੂੰ ਟਾਈਮ ਦਿੱਤਾ ਜਾਵੇ, 5 ਦਿਨ 'ਚ ਅਸੀਂ ਮੁੰਡਾ ਪੇਸ਼ ਕਰ ਦਾਂਗੇ। 5 ਦਿਨ ਅੱਜ 7ਵਾਂ ਦਿਨ ਹੋ ਗਿਆ, 2 ਦਿਨ ਇਹਨਾਂ ਨੂੰ ਫਾਲਤੂ ਦੇ ਦਿੱਤੇ, ਮੁੰਡਾ ਨਹੀਂ ਪੇਸ਼ ਹੋਇਆ। 24 ਘੰਟੇ ਦਾ ਇੱਥੇ ਟੈਂਟ ਵੀ ਆਊਗਾ ਜੀ, ਸਾਰਾ ਕੁਛ ਆਊਗਾ, ਜੇ ਇੱਥੇ ਨਹੀਂ ਹੈਗਾ ਅਸੀਂ ਰੋਡ 'ਤੇ ਵੀ ਟੈਂਟ ਲਾਵਾਂਗੇ। ਦਾਨਾ ਮੁੰਡੇ ਦਾ ਮੇਰੇ ਦਾ ਕੋਈ ਹੱਲ ਨਹੀਂ ਬਣਦਾ, ਡੇਢ ਮਹੀਨਾ ਹੋ ਗਿਆ, ਕੋਈ ਰਾਹ ਨਹੀਂ ਦਿੰਦੇ ਸਾਨੂੰ। ਕਦੇ 2 ਦਿਨ ਲੈ ਲੈਂਦੇ ਨੇ, ਕਦੇ 5 ਦਿਨ ਲੈ ਲੈਂਦੇ ਨੇ, ਕਦੇ ਕਹਿੰਦੇ ਅਸੀਂ ਘਰੇ ਆਉਂਦੇ ਹਾਂ, ਫਿਰ ਘਰੇ ਜਾਂਦੇ ਨੇ, ਘਰੇ ਬੰਨ ਕੇ ਬਿਠਾ ਲੈਂਦੇ ਸਾਨੂੰ। ਫਿਰ ਦਾਗ ਪਹਿਲਾਂ ਲਾਇਆ ਸੀ, ਉੱਥੇ ਚੁਕਾਦਾ ਸੀ, ਵਾਅਦਾ ਕਰਿਆ ਸੀ, ਕਹਿੰਦੇ ਵੀ 5 ਦਿਨ ਦੇ ਦਿਓ ਸਾਨੂੰ। ਅੱਜ 7ਵਾਂ ਦਿਨ ਹੋ ਗਿਆ, 2 ਦਿਨ ਉੱਪਰ ਲਾ ਗਏ, ਅਸੀਂ ਫੇਰ ਆ ਗਏ। ਨਾ ਕੋਈ ਨਹੀਂ ਆਇਆ, ਕੋਈ ਨਹੀਂ ਆਇਆ। ਹਾਂਜੀ, ਮੈਂ ਇਨਸਾਫ਼ ਲੈਣਾ। ਫਰਾਰ ਦਮਨ ਔਜਲਾ, ਦਮਨ ਔਜਲਾ ਉਹ ਵਿੱਕੀ ਹੈ, ਵਿੱਕੀ ਕੀ ਨਾਮ ਆ ਗਿਆ, ਬੀਦੀਪ ਉਹਦਾ ਕਾਕਾ। ਹਾਂਜੀ, ਦੁਬਾਰਾ ਧਰਨਾ ਤਾਂ ਲਾਇਆ ਜੀ, ਅਸੀਂ ਪਹਿਲਾਂ ਇਹਨਾਂ ਦੇ ਪੁਲਿਸ ਵਾਲੇ ਤੇ SHO ਦਾ ਮੈਨੂੰ ਨਾਂ ਨਹੀਂ ਪਤਾ ਹੈਗਾ, ਉਹਨੇ ਕਿਹਾ ਸੀਗਾ ਵੀ ਤੁਸੀਂ ਦਾਗ ਲਾ ਦਿਓ, ਵੀ ਅਸੀਂ ਤੁਹਾਨੂੰ ਹੈ ਆਹ ਦਿਨਾਂ 'ਚ ਇੰਨੇ ਦਿਨਾਂ 'ਚ ਬੰਦਾ ਲੱਭ ਕੇ ਦੇਵਾਂਗੇ।
ਉਨੇ ਦਿਨ ਲਾ ਕੇ ਦਾਗ ਲਾਤਾ, ਸਾਰਾ ਕੁਛ ਕਰਤਾ, ਇਹਨਾਂ ਨੇ ਬੰਦਾ ਨਹੀਂ ਲੱਭ ਕੇ ਦਿੱਤਾ। ਫਿਰ ਅਸੀਂ ਫਿਰ ਆਏ ਥਾਣੇ 'ਚ, ਫਿਰ ਨਹੀਂ ਇਹਨਾਂ ਨੇ ਕੋਈ ਆਈ ਗਈ ਦਿੱਤੀ ਜੀ। ਫਿਰ ਅੱਜ ਇਹਨਾਂ ਨੂੰ ਪਹਿਲਾਂ ਵਾਅਦਾ ਦਿੱਤਾ ਸੀ ਵੀ ਅਸੀਂ 4-5 ਦਿਨ ਫਿਰ ਫੜਾਂਗੇ, ਫਿਰ 3 ਦਿਨ 'ਤੇ ਉੱਧਰ ਰੋਡ 'ਤੇ ਤਾਂ ਆਹ ਤਾਰੀ ਵੀਰੇ ਨੇ ਕਿਹਾ ਸੀਗਾ ਜੀ ਵੀ ਤੁਸੀਂ ਧਰਨਾ ਇੱਕ ਵਾਰੀ ਹੋਰ ਲਵੋ। ਹੁਣ ਅਸੀਂ ਮੰਗ ਕਰਦੇ ਵੀ ਅਸੀਂ ਹੁਣ ਧਰਨਾ ਚੱਕਣਾ ਨਹੀਂ ਹੈਗਾ, ਜਿੰਨਾ ਤੱਕਰ ਸਾਨੂੰ ਹੈ ਉਹ ਨਹੀਂ ਮਿਲਦਾ, ਮੁੰਡਾ ਇੱਥੇ ਸਾਡੇ ਸਾਹਮਣੇ ਹਾਜ਼ਰ ਨਹੀਂ ਹੁੰਦਾ, ਅਸੀਂ ਧਰਨਾ ਨਹੀਂ ਚੱਕਣਾ ਹੈਗਾ। ਧਰਨਾ ਹੁਣ ਜਮਾਂ ਹੀ ਨਹੀਂ ਚੱਕਣਾ, ਚਾਹੇ ਸਾਨੂੰ ਕੁਛ ਮਰਜ਼ੀ ਇੱਥੇ ਕਰ ਦੇਣ, ਇੱਥੇ ਦਿਨ ਰਾਤ ਰਹੂਗਾ ਧਰਨਾ। ਜੇ ਨਾ ਕੋਈ ਜ਼ਿਆਦਾ ਸਾਡੀ ਸੁਣਵਾਈ ਹੋਈ, ਇੱਥੋਂ ਉਠਾ ਲਿਆ ਸਾਨੂੰ, ਇੱਥੋਂ ਸਾਡੇ ਗੇਟ ਲਾ ਲਿਆ ਮੂਹਰੇ ਸਾਹਮਣੇ, ਅਸੀਂ ਫਿਰ ਨਹੀਂ ਉਹ ਕਿਤੇ ਸਾਡੀ ਦਰੀ ਚੁਕਾਈ ਇਹਨਾਂ ਨੇ। ਹੁਣ ਅਸੀਂ ਨਹੀਂ, ਫਿਰ ਅਸੀਂ ਰੋਡ ਜਾਮ ਕਰਾਂਗੇ, ਉੱਪਰਲਾ ਰੋਡ ਜਾਮ। ਸਰ ਸਾਡਾ ਮੁੰਡਾ, ਇਹਨਾਂ ਨੇ ਟਾਈਮ ਲਿੱਤਾ ਜੀ 5 ਦਿਨ ਦਾ, ਹਨ ਮੁੰਡੇ ਦਾ ਅਰੈਸਟ ਨਹੀਂ ਹੋਇਆ ਜੀ। ਕੌਣ ਆ ਮੁੰਡਾ ਜੀ, ਕੀ ਕੇਸ ਹੈ? ਦਮਨੇ ਔਜਲਾ ਜੀ ਸਾਡੇ ਮੁੰਡੇ ਦਾ ਮਰਡਰ ਕਰਤਾ ਜੀ। ਅੱਜ ਜਿਹੜੇ ਇੱਥੇ ਅਫਸਰ ਨਾਲ ਗੱਲ ਹੋਈ, ਹਾਂਜੀ ਕੋਈ ਅਫਸਰ ਆ ਤੁਹਾਡੇ ਨਾਲ ਗੱਲਬਾਤ? ਨਹੀਂ, ਸਾਡੇ ਨਾਲ ਹਾਲੇ ਕੋਈ ਨਹੀਂ ਆਇਆ ਹੈਗਾ ਜੀ। ਜਿਹੜਾ ਪਹਿਲਾਂ ਵੀ ਤੁਹਾਡੇ ਨਾਲ ਆਇਆ ਸੀ ਉਦੋਂ ਕੀ ਪ੍ਰੋਸੈਸ ਦਾ? ਉਹਨਾਂ ਨੇ ਡਿਪਟੀ ਸਾਹਿਬ ਨੇ ਕਿਹਾ ਸੀਗਾ ਵੀ 5 ਦਿਨ ਦਾ ਸਾਨੂੰ ਟਾਈਮ ਦਿੱਤਾ ਜਾਵੇ, 5 ਦਿਨ 'ਚ ਅਸੀਂ ਮੁੰਡਾ ਪੇਸ਼ ਕਰ ਦਾਂਗੇ। 5 ਦਿਨ, ਅੱਜ 7ਵਾਂ ਦਿਨ ਹੋ ਗਿਆ, 2 ਦਿਨ ਇਹਨਾਂ ਨੂੰ ਫਾਲਤੂ ਦੇ ਤੇ ਮੁੰਡਾ ਨਹੀਂ ਪੇਸ਼ ਹੋਇਆ। 24 ਘੰਟੇ ਦਾ ਇੱਥੇ ਟੈਂਟ ਵੀ ਆਊਗਾ ਜੀ, ਸਾਰਾ ਕੁਛ ਆਊਗਾ। ਜੇ ਇੱਥੇ ਨਹੀਂ ਹੈਗਾ, ਅਸੀਂ ਰੋਡ 'ਤੇ ਵੀ ਟੈਂਟ ਲਾਵਾਂਗੇ।